ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ ਦੇਸ਼ ਦੁਨੀਆ ਖਬਰਾਂ ਤੇ ਭੱਗ ਤੇ ਮਸਲਿਆ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਉੱਗੇ ਪੱਤਰਕਾਰ ਤੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਰਸਾ ਬਹੁਤ ਬਹੁਤ ਸਵਾਗਤ ਜੀ ਜੀ ਸ਼ੁਕਰੀਆ ਪੰਨ ਸਾਹਿਬ ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਤੇ ਚਰਚਾ ਕਰਨੀ ਹੈ ਆਪਾਂ ਮੈਂ ਵੈਸੇ ਚਾਹੁੰਦਾ ਆਂ ਕਿ ਨਵਜੀਤ ਜੇ ਤੁਹਾਡੀ ਚਰਚਾ ਤੋਂ ਪਹਿਲਾਂ ਮੈਂ ਦੋ ਤਿੰਨ ਮਿੰਟ ਗੱਲ ਕਰ ਲਵਾਂ ਜੀ ਬਰਸਾ ਅੱਜ ਬਜ਼ੁਰਗਾ ਦਾ ਦਿਨ ਸਾਰੀ ਦ 1991 ਤੋਂ ਸ਼ੁਰੂ ਹੋਇਆ ਸੀ। ਉਹਦੋਂ ਸ਼ੁਰੂ ਹੋਇਆ ਸੀ ਜਦੋਂ ਮੈਂ ਜੇ ਬਜ਼ੁਰਗਾਂ ਚ ਨਹੀਂ ਹਾਂ ਦਾ। ਜੀ। ਤੇ 40ਾਂ ਤੋਂ ਵੀ ਥੱਲੇ ਸੀ। ਹੁਣ 30 ਸਾਲ ਹੋ ਗਏ ਚੱਲਦੇ ਨੂੰ। ਮੈਂ ਸੀਨੀਅਰ ਸਿਟੀਜ਼ਨ ਸੇ ਹੋਣਾ ਪਰੇ ਸਮੱਸਿਆ ਮੇਰੀ ਨਹੀਂ। ਸਮੱਸਿਆ ਉਹਨਾਂ ਦੀ ਹੈ। ਜਿਨ੍ਹਾਂ ਨੂੰ ਘਰਾਂ ਦੇ ਵਿੱਚ ਪਰਿਵਾਰਾਂ ਚ ਨਿੱਕੀਆਂ-ਨਿੱਕੀਆਂ ਗੱਲਾਂ ਦੇ ਝਗੜਿਆਂ ਨੇ ਤੰਗ ਕੀਤਾ। ਹੂੰ। ਮਿਸਾਲ ਦੇ ਤੌਰ ਤੇ ਇੱਕ ਬਜ਼ੁਰਗ ਪੈਲੀ ਉਹਦੀ 20 ਏਕੜ ਤੋਂ ਵੱਧ ਹੈ ਚਾਰ ਜਾਂ ਪੰਜ ਮੁੰਡੇ ਨੇ ਚਾਰ ਨੇ ਉਹਨਾਂ ਦੇ ਵਿੱਚ ਝਗੜਾ ਪੈ ਗਿਆ ਕਿ ਬੇਬੇ ਤੇ ਬਾਪੂ ਨੂੰ ਕੌਣ ਸੰਭੇ ਫਿਰ ਪੰਚਾਇਤ ਨੇ ਫੈਸਲਾ ਕਰਾ ਦਿੱਤਾ ਕਿ ਇੱਕ ਇੱਕ ਮਹੀਨਾ ਤੁਹਾਡੇ ਕੋਲ ਰਿਆ ਕਰਨੇ ਉਹ ਫਿਰ ਹਰ ਮਹੀਨੇ ਆਪਣਾ ਬੈਗ ਚੁੱਕ ਕੇ ਇਸ ਮੁੰਡੇ ਤੋਂ ਦੂਜੇ ਕੋਲ ਜਾਂਦੇ अच्छा जिदे ਕੋਲ ਜਨਵਰੀ ਵਿੱਚ ਸੀ ਉਹਨੇ 30 ਤਰੀਕ ਲੰਘੀ ਤੇ 31 ਨੂੰ ਸਵੇਰੇ ਦੂਸਰੇ ਵੱਲ ਤੋਰਤਾ ਦੂਸਰੇ ਨੇ ਆਖਾ ਜੀ ਪਹਿਲੀ ਅਜੇ ਆਈ ਨਹੀਂ ਮੈਂ ਨਹੀਂ ਕਰ ਬਣਦੇ ਨੇ ਉਹ ਕਹਿੰਦਾ ਤੇਰੇ ਕੋਲ ਮਹੀਨਾ ਆ ਰਿਹਾ ਵਾ 28 ਦਾ ਤੇ ਮੇਰੇ ਕੋਲ 31 ਦਾ ਇੱਕ ਦਿਨ ਵੱਧ ਤੂੰ ਚੱਲ ਉਹ ਗਲੀ 'ਚ ਬੈਠੇ ਪੰਚਾਇਤ ਫੈਸਲਾ ਕਰਾਉਣਗੇ ਕਿ ਨਹੀਂ ਸ਼ਰਮਨਾਕ ਗੱਲ ਜੀ ਔਰ 20 ਏਕੜ ਪੈੜੀ ਦਾ ਮਾਲਕ ਇੱਕ ਹੋਰ ਪਰਿਵਾਰ ਆ ਉੱਥੇ ਦੋ ਮੁੰਡੇ ਦੋਵਾਂ ਨੇ ਫੈਸਲਾ ਕਰ ਲਿਆ ਕਿ ਇੱਕ ਕੋਲ ਬੇਬੇ ਰਹੁ ਤੇ ਇੱਕ ਦੇ ਕੋਲ ਬਾਪੂ ਰਹੁ ਮੁੰਡੇ ਸੁਖੀ ਵਸਦੇ ਆ ਬੇਬੇ ਬਾਪੂ ਦਾ ਇੱਕ ਕਿਸਮ ਦਾ ਬਿਨਾ ਕਿਸੇ ਲਿਖਤ ਤੋਂ ਤਲਾਕ ਰਾਤਾ ਬੇਬੇ ਕਿਤੇ ਤੇ ਬਾਪੂ ਕਿਤੇ ਜ਼ਿੰਦਗੀ ਦੇ ਐਸ ਮੋੜ ਤੇ ਕੁਝ ਸਲਾਹਾਂ ਉਹਨਾਂ ਨੇ ਕਰਨੀਆਂ ਹੁੰਦੀਆਂ ਰਿਸ਼ਤੇਦਾਰੀਆਂ ਬਾਰੇ ਪਰਿਵਾਰਾਂ ਬਾਰੇ ਉਹ ਕਿਦਣਾ ਕੰਦਾ ਨਾਲ ਗੱਲਾਂ ਕਰਨੇ ਇਹ ਨਹੀਂ ਸੋਚ ਇਹ ਵੀ ਵੰਡ ਦਿੱਤਾ ਇਦਾਂ ਦੀਆਂ ਬਹੁਤ ਮਸਾਲਾਂ ਨੇ ਮੈਨੂੰ ਪਿੱਛੇ ਜੇ ਇੱਕ ਬਿਰਧ ਆਸ਼ਰਮ ਦੇ ਚ ਜਾਣ ਦਾ ਮੌਕਾ ਮਿਲਿਆ ਆਮ ਤੌਰ ਤੇ ਅੱਜ ਕੱਲ ਮੈਂ ਸਮਾਗਮਾਂ 'ਚ ਜਾਂਦਾ ਨਹੀਂ ਉਹਨਾਂ ਨੇ ਸੱਦ ਲਿਆ ਉੱਥੇ ਇੱਕ ਬਜ਼ੁਰਗ ਮੈਨੂੰ ਮਿਲੇ ਉਹ ਕਹਿੰਦੇ ਮੈਂ ਇੱਕ ਵਾਰੀ ਐਦਾਂ ਰੌਲੇ ਰੱਪੇ ਦੇ ਵਿੱਚ ਐਮਐਲਏ ਚੁਣਿਆ ਗਿਆ ਫਿਰ ਦੋ ਧੜਾਂ ਦੀ ਲੜਾਈ 'ਚ ਕਹਿੰਦਾ ਮੈਨੂੰ ਮੰਤਰੀ ਬਣਾ ਦਿੱਤਾ ਮੰਤਰੀ ਦੀ ਪੈਨਸ਼ਨ ਕੋਈ ਨਹੀਂ ਐਮਐਲਏ ਦੀ ਪੈਨਸ਼ਨ 'ਚ ਵੀ 25000 ਰੁਪਏ ਮਿਲਦੀ ਥੀ ਉਹ ਕਹਿੰਦਾ ਉਸ 55 ਸਾਲਾਂ ਚ ਕਿਉਂਕਿ ਮੈਂ ਥੋੜਾ ਚਰਮੰਤਰੀ ਵੀ ਰਿਆ ਸੀ ਤੇ ਮੈਂ ਲਗਾਉਂਦਾ ਨਹੀਂ ਪੈਸਾ ਵੀ ਚੋਖਾ ਲੋਕਾਂ ਤੋਂ ਇਕੱਠਾ ਹੋ ਗਿਆ ਮੰਤਰੀ ਪੰਜਾਬ ਦਾ ਨਹੀਂ ਬਿਲਕੁਲ ਨਾਲ ਦੇ ਕਿਸੇ ਜ਼ਿਲ੍ਹੇ ਦਾ ਤੇ ਚੰਡੀਗੜ੍ਹ ਲੱਗੇ ਇੱਕ ਆਸ਼ਰਮ ਤੇ ਰਿੰਦਾ ਸਾਬਕਾ ਮੰਤਰੀ ਕਹਿੰਦਾ ਪੈਸੇ ਵੀ ਚੋਖੇ ਮਿਲ ਗਏ ਹੁਣ ਪੁੱਤ ਨੌ ਨੇ ਸਾਰਾ ਕੁਝ ਸੰਭਲਿਆ ਬੈਂਕ ਅਕਾਊਂਟ ਸਾਂਝਾ ਸੀ ਪੈਨਸ਼ਨ ਵੀ ਉੱਥੇ ਆਉਂਦੀ ਸੀ ਮੈਨੂੰ ਦਿਵਾਨੀ ਨਹੀਂ ਸੀ ਮਿਲਦੀ ਕਹਿੰਦਾ ਮੈਂ ਜਾ ਕੇ ਫਿਰ ਆਪਣੀ ਪੈਨਸ਼ਨ ਜਿਹੜੀ ਐ ਇੱਥੇ ਟਰਾਂਸਫਰ ਕਰਾ ਲਈ। ਪਿਛਲੇ ਬਕਾਇਏ ਉੱਥੇ ਆਏ ਸੀ ਮੈਨੂੰ ਪਤਾ ਲੱਗਾ ਕਿ ਕੁਝ ਸਰਕਾਰ ਨੇ ਰੇਟ ਟੂਟ ਵਧਾਇਆ ਬਕਾਇਆ ਆਏ ਸੀ ਤੇ ਮੈਂ ਉਹ ਲੈਣ ਵਾਸਤੇ ਗਿਆ। ਤੇ ਉੱਥੇ ਜਾਂਦਿਆਂ ਨੂੰ ਮੈਨੇਜਰ ਕਹਿੰਦਾ ਕਿ ਤੁਹਾਡਾ ਜੈਂਟ ਅਕਾਊਂਟ ਆ ਤੁਹਾਡੇ ਪੁੱਤਰ ਨੇ ਲਿਖ ਕੇ ਦੇ ਦਿੱਤਾ ਕਿ ਮੇਰੇ ਬਾਪੂ ਦਾ ਦਿਮਾਗ ਠੀਕ ਨਹੀਂ। ਉਹ ਆਵੇ ਤੇ ਪੈਸੇ ਨਾ ਦਿਓ। ਕਹਿੰਦਾ ਮੈਂ ਉਹ ਮੈਨੇਜਰ ਨੂੰ ਆਖਿਆ ਤੈਨੂੰ ਜਾਬਦਾ ਮੇਰਾ ਦਿਮਾਗ ਠੀਕ ਨਹੀਂ। ਉਹ ਕਹਿੰਦਾ ਜੀ ਜੈਂਟ ਅਕਾਉਂਟ ਉਹ ਲਿਖ ਕੇ ਦੇਗਾ ਤੁਸੀਂ ਉਹਦੇ ਬਾਰੇ ਲਿਖ ਕੇ ਦੇ ਦਿਓ ਮੈਂ ਦੋਵਾਂ ਦਾ ਰੋਕ ਦਿੰਨਾ ਤਾਂ ਇੱਕ ਵਾਰ ਤੇ ਮਨ ਚਾਹੀ ਲਿਖ ਦਿਆਂ ਫਿਰ ਮੈਂ ਆਖਰ ਨਹੀਂ ਪੁੱਤਰ ਕਪੁੱਤਰ ਹੋ ਜਾਂਦੇ ਆ ਮਾਪੇ ਕੁਮਾਪੇ ਨਹੀਂ ਹੋ ਸਕਦੇ ਜੀ ਮੈਂ ਉਹਨੂੰ ਆਖਿਆ ਤੇਰੀ ਇਹ ਚਾਹ ਪਈ ਆ ਮੈਂ ਚੱਲਦਾ ਮੈਂ ਗੁਜ਼ਾਰਾ ਕਰ ਲਾਂਗਾ ਕਹਿੰਦਾ ਮੈਂ ਇੱਥੇ ਆਸ਼ਰਮ ਚ ਆ ਗਿਆ ਇੱਥੇ ਰਹਿਣਾ ਜਿਨੇ ਅਸੀਂ ਸਾਰੇ ਮੇਰੇ ਵਰਗੇ ਇੱਥੇ ਬੈਠੇ ਨੇ ਕਿ ਅਸੀਂ ਦਿਨ ਕੱਟਦੇ ਆ ਇਨ੍ਹਾਂ ਹਾਲਤਾਂ 'ਚ ਭਾਰਤ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਕਿ ਜਿਹੜੇ ਬਜ਼ੁਰਗ ਆਪਣੇ ਬੱਚਿਆਂ ਨੂੰ ਜਾਇਦਾਦਾਂ ਲਿਖ ਕੇ ਦੇ ਚੁੱਕੇ ਨੇ ਜੇ ਬੱਚੇ ਪੁੱਤ ਹੋਵੇ ਜਾਂ ਧੀ ਜੇ ਪੁੱਤ ਮਰ ਗਿਆ ਨਾ ਹੋਵੇ ਜਾਂ ਧੀ ਮਰ ਗਈ ਹੈ ਜਿਵਾਈ ਹੋਵੇ ਜੋ ਸੇਵਾ ਨਹੀਂ ਕਰਦੇ ਤੇ ਬਜ਼ੁਰਗ ਆਪਣੀ ਜ਼ਮੀਨ ਵਾਪਸ ਲੈ ਸਕਦੇ ਇਹੋ ਜਿਹੇ ਕੇਸ ਹਜ਼ਾਰਾਂ ਨੇ ਪਰ ਅੱਜ ਤੱਕ ਪੰਜਾਬ 'ਚ 8 ਜਾਂ 10 ਬਜ਼ੁਰਗ ਜਿਨ੍ਹਾਂ ਨੇ ਸ਼ਿਕਾਇਤ ਕਰਕੇ ਆਪਣੀ ਜ਼ਮੀਨ ਆਪਣੀ ਜਾਇਦਾਦ ਵਾਪਸ ਲਈ ਹੈ ਬਾਕੀਆਂ ਨੇ ਨਹੀਂ ਲਈ ਕਿਉਂ ਪੁੱਤਰ ਕਪੁੱਤਰ ਹੋ ਜਾਂਦੇ ਆ ਮਾਪੇ ਕਮਾਪੇ ਨਹੀਂ ਹੁੰਦੇ ਜੀ ਸਾਡੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਮਿਸਾਲ ਹੈ 7-8 ਸਾਲ ਪਹਿਲਾਂ ਇੱਕ ਰਿਟਾਇਰਡ ਜੱਜ ਸਾਹਿਬ ਜਾ ਕੇ ਉਸੇ ਅਦਾਲਤ ਵਿੱਚ ਪੇਸ਼ ਹੋ ਗਏ ਜਿੱਥੇ ਬਹਿ ਕੇ ਉਹ ਲੋਕਾਂ ਦੇ ਫੈਸਲੇ ਸੁਣਦੇ ਹੁੰਦੇ ਸੀ ਹਾਈ ਕੋਰਟ ਦੇ ਸਾਬਕਾ ਜੱਜ ਉਹਨਾਂ ਜਾ ਕੇ ਅਖਾ ਜੀ ਮੈਂ ਜੱਜ ਹਾਂ ਆਪਣੀ ਤਨਖਾਹ ਚ ਆਪਣੇ ਪੱਤਿਆਂ ਚ ਮੈਂ ਘਰ ਬਣਾਇਆ ਕਰ ਮੇਰੇ ਨਾਲ ਪੁੱਤ ਤੇ ਨੋਨੇ ਸੰਭਲਿਆ ਪੁਲਿਸ ਕੋਲ ਮੈਂ ਜਾਣਾ ਨਹੀਂ ਚਾਹੁੰਦਾ ਅਸੀਂ ਦੋਵਾਂ ਜੀਆਂ ਨੇ ਰਾਤ ਫੁੱਟਪਾਥ ਤੇ ਕੱਟੀ ਆ ਕਿੱਥੇ ਚੱਲ ਜੀ ਅਦਾਲਤ ਨੇ ਸੱਦਿਆ ਪੁੱਤ ਨੋਨ ਨੂੰ ਦਬਕਾ ਮਾਰਿਆ ਕਿ ਤੁਸੀਂ ਨਿਕਲ ਜਾਓ ਘਰ ਖਾਲੀ ਕਰੋ ਪਿਓ ਫਿਰ ਪਸੀਜਿਆ ਕਹਿੰਦਾ ਨਹੀਂ ਇਹਨਾਂ ਨੂੰ ਬਾਹਰ ਨਾ ਕੱਢੋ ਸਾਨੂੰ ਇੱਕ ਸਾਈਡ ਤੋਂ ਦੋ ਕਮਰੇ ਦਿਵਾ ਦਿਓ ਕਿਉਂ ਕਿਉਂਕਿ ਪੁੱਤਰ ਕਪੁੱਤਰ ਹੋ ਸਕਦੇ ਆ ਮਾਪੇ ਕੁਮਾਪੇ ਨਹੀਂ ਹੋ ਸਕਦੇ ਜੀ ਇਸ ਕੱਲ ਨੂੰ ਅਸੀਂ ਧਿਆਨ ਚ ਰੱਖੀ ਅਸੀਂ ਜਿਹੜੇ ਹਾਲਾਤ ਚ ਲੰਘਦੇ ਪਏ ਐ। ਐਸੋ ਜਿੱਥੇ ਅਸੀਂ ਪਹੁੰਚਿਆ ਪਏ। ਮੈਂ ਬੇਨਤੀ ਕਰੂੰਗਾ ਕਿ ਇਹਨਾਂ ਮਾਮਲਿਆਂ ਚ ਸਾਰਾ ਕੰਮ ਸਰਕਾਰਾਂ ਨਹੀਂ ਕਰ ਸਕਦੀਆਂ। ਕੁਝ ਕੰਮ ਸਮਾਜ ਨੂੰ ਕਰਨਾ ਪੈਂਦਾ। ਮੈਂ ਲੰਘਦਾ ਜਾਂਦਾ ਮੈਂ ਕਿਸੇ ਸੜਕ ਤੇ ਕੋਈ ਬਜ਼ੁਰਗ ਸੜਕ ਪਾਰ ਕਰਨ ਵਾਸਤੇ ਖਲੋਤਾ ਹੋਵੇ। ਮੈਂ ਗੱਡੀ ਰੋਕ ਕੇ ਵੀ ਉਹਨੂੰ ਸੜਕ ਪਾਰ ਕਰਵਾਉਣ ਜਾਂਦਾ ਪਤਾ ਕਿਉਂ? ਕੱਲ੍ਹ ਉਹ ਦਿਨ ਮੇਰੇ ਤੇ ਵੀ ਹੋਣੇ। ਜੀ। ਕੱਲ੍ਹ ਉਹ ਦਿਨ ਤੁਹਾਡੇ ਤੇ ਵੀ ਆਉਣੇ ਆ ਜਿਨ੍ਹਾਂ ਦਾ ਜਿਵੇਂ ਵਿਆਹ ਨਹੀਂ ਹੋਇਆ। ਹਮ ਹਮ। ਜਿਹੜੇ ਛੋਟੇ-ਛੋਟੇ ਬੱਚੇ ਨੂੰ ਕੁਛ ਨਹੀਂ ਦਿਸਦਾ ਉਹਨਾਂ ਤੇ ਵੀ ਆਉਣਾ ਇਹ ਵਿੜਾ ਹਰ ਇੱਕ ਤੇ ਆਉਣਾ ਜਦੋਂ ਇਹ ਪਤਾ ਕਿ ਬਚਪਨ ਜਵਾਨੀ ਤੇ ਬੁਢਾਪਾ ਤਿੰਨੇ ਅਵਸਥਾ ਹਰ ਕਿਸੇ ਤੇ ਆਉਣੀ ਆਉਣੀਆਂ ਗੁਰੂ ਸਾਹਿਬ ਨੇ ਵੀ ਆਖਿਆ ਤੇ ਫਿਰ ਜਦੋਂ ਐਸ ਵੇਲੇ ਚੜਤ ਵਿੱਚ ਆ ਜਦੋਂ ਜਵਾਨੀ ਆ ਇਹਨੂੰ ਇੰਨੀ ਮਸਤਾਨੀ ਨਾ ਕਰੋ ਕਿ ਮਾਪੇ ਭੁੱਲ ਜਾਣ ਕੋਈ ਥੋੜਾ ਬਹੁਤ ਚੇਤਾ ਰੱਖਣਾ ਚਾਹੀਦਾ ਜੀ ਇਹ ਜਿਹੜਾ ਸਤਕਾਰ ਨਹੀਂ ਦਿੱਤਾ ਜਾ ਰਿਹਾ ਉਹ ਦੇਣਾ ਚਾਹੀਦਾ ਸਰਕਾਰ ਦੇ ਕਾਨੂੰਨਾਂ ਨੂੰ ਛੱਡੋ ਸਮਾਜਿਕ ਤੌਰ ਤੇ ਮੈਂ ਕਹੂੰਗਾ ਮੈਂ ਇਹ ਨਹੀਂ ਕਹਿੰਦਾ ਕਿ ਸਰਵਣ ਪੁੱਤਰ ਵਾਂਗੂੰ ਵੇਂਗੀ ਚ ਪਾ ਕੇ ਮਾਂ ਪਿਓ ਨੂੰ ਲੈ ਫਿਰੋ ਨਾ ਕਿਸੇ ਲੈ ਜਾਣਾ ਹੀ ਕੋ ਹੋਊਗਾ ਬਿਰਲਾ ਪਰ ਜੋ ਉਹਨਾਂ ਦਾ ਬਣਦਾ ਸਤਕਾਰ ਆ ਜੋ ਉਹਨਾਂ ਦਾ ਸਮਾਜ ਚ ਹੱਕ ਆ ਦੁਨੀਆ ਦੇ ਕਈ ਦੇਸ਼ਾਂ ਚ ਜਦੋਂ ਕੋ ਸੀਨੀਅਰ ਸਿਟੀਜ਼ਨ ਹੋ ਜਾਂਦਾ ਸੱਟਾਂ ਟੁੱਟ ਪ ਜਾਂਦਾ ਉਹਨੂੰ ਸੀਨੀਅਰ ਸਿਟੀਜ਼ਨ ਨੂੰ ਸਰਕਾਰ ਚਿੱਠੀ ਪਾ ਕੇ ਕਹਿੰਦੀ ਆ ਤੈਨੂੰ ਘਰ ਦੀ ਲੋੜ ਤਾਂ ਨਹੀਂ ਤੈਨੂੰ ਸਰਵਿਸ ਦੀ ਲੋੜ ਨਹੀਂ ਸਾਡਾ ਦੇਸ਼ ਇਹੋ ਜਿਹਾ ਕੁਝ ਨਹੀਂ ਕਰਦਾ ਸ਼ਾਇਦ ਕਰਨ ਜੋਗਾ ਵੀ ਨਹੀਂ ਕਿਉਂਕਿ ਇੱਥੇ ਜਿੰਨੇ ਕੁ ਪੈਸੇ ਆਉਂਦੇ ਉਹ ਨਾਲ ਤੇ ਲੀਡਰਾਂ ਦੇ ਘਰੀ ਮਸਾਂ ਭਰਦੇ ਆ ਪਰ ਜੋ ਅਸੀਂ ਕਰ ਸਕਦੇ ਆ ਸਮਾਜਿਕ ਤੌਰ ਤੇ ਕਰਨਾ ਚਾਹੀਦਾ ਮੁਆਫ ਕਰਨਾ ਪ੍ਰੋਗਰਾਮ ਦੇ ਸ਼ੁਰੂ ਚ ਮੈਂ ਇਹੋ ਜੀ ਗੱਲ ਕੀਤੀ ਪੰਸਰ ਸਮਾਜ ਨੂੰ ਸੇਧ ਦੇਣ ਵਾਲੀ ਹੈ ਸਮਾਜ ਵਿੱਚੋਂ ਇਕੱਠੀਆਂ ਕੀਤੀਆਂ ਉਦਾਹਰਨਾਂ ਬਹੁਤ ਵਧੀਆ ਸਾਡੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਵਧੀਆ ਲੱਗੇਗਾ ਦੂਸਰੇ ਪਾਸੇ ਬਜ਼ੁਰਗ ਜਨੂਰ ਨੇ ਉਹਨਾਂ ਨੂੰ ਸਾਮਾਈ ਚਾਹੀਦਾ ਹੁੰਦਾ ਕੋਲ ਥੋੜਾ ਬਹੁਤਾ ਬੈਠ ਲੈਣਾ ਚਾਹੀਦਾ ਖਬਰਾਂ ਤੇ ਚਰਚਾ ਕਰਦੇ ਆਪਾਂ ਸਭ ਨਵੇਂ ਬਣਿਆ ਟ੍ਰਾਂਸਪੋਰਟ ਮੰਤਰੀ ਤੇ ਨਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਦਿੱਤੇ ਆ ਦੂਸਰੇ ਪਾਸੇ ਆਰਬਿਟ ਦਾ ਇੱਕ ਦਫਤਰ ਵੀ ਬੰਦ ਕਰ ਦਿੱਤਾ ਗਿਆ। ਕਿਵੇਂ ਦੇਖਦੇ ਇਸ ਕਾਰਵਾਈ ਨੂੰ? ਦੇਖੋ ਨਵਾਂ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾਵੜਿੰਗ ਜੁਰਤਵਾਲਾ ਵੀ ਆ। ਕੁਝ ਮਾਮਲਿਆਂ 'ਚ ਸਿੱਧਿਆ ਹੈ ਢੇੜ-ਪਿੜਨ ਵਾਸਤੇ ਕਾਨੂੰਨੀ ਨੁਕਤਿਆਂ ਨੂੰ ਵੀ ਲੈ ਕੇ ਚੱਲਣਾ ਜਾਣਦਾ। ਜੀ। ਉਹ ਪਹਿਲਾਂ ਤੋਂ ਇਹ ਰੌਲਾ ਪਾਉਂਦਾ ਸੀ ਕਿ ਕੁਝ ਪਰਿਵਾਰ ਨੇ ਜਿਨ੍ਹਾਂ ਦੀਆਂ ਬੱਸਾਂ ਵੱਧ ਚੱਲਦੀਆਂ। ਹੁਣ ਤੱਕ ਉਹਨੂੰ ਬਣਾਇਆ ਕੋਈ ਕੁਝ ਨਹੀਂ ਸੀ। ਹੂੰ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀ ਨੂੰ OSD ਬਣਾ ਦੇਣਾ ਕਹਿ ਛੱਡਿਆ ਸੀ ਬਣਾਇਆ ਹੈ ਹੀ ਨਹੀਂ ਸੀ ਜੀ ਹੁਣ ਮੌਕਾ ਮਿਲਿਆ ਸਾਰੇ ਕਹਿਣਗੇ ਤੈਨੂੰ 4 ਮਹੀਨੇ ਮਿਲੇ ਸੀ ਕੀ ਕੀਤਾ ਕੰਮ ਕਿਉਂ ਨਹੀਂ ਕੀਤਾ ਉਹਨੇ ਤੇ ਹਫਤਾ ਨਹੀਂ ਲੰਘਣ ਦਿੱਤਾ ਕੰਮ ਸ਼ੁਰੂ ਕਰਤਾ ਜਾ ਕੇ ਇੱਕ ਨਜਾਇਜ਼ ਦਫ਼ਤਰ ਸੀਗਾ ਬਠਿੰਡੇ ਦੇ ਅੱਡੇ 'ਚ ਬਾਦਲਾਂ ਦਾ ਉਹ ਰਾਤੀ ਉਹਨੇ ਢਾਤ ਇਹਦੇ ਤੋਂ ਬਾਅਦ ਉਨੇ ਅਫਸਰਾਂ ਨੂੰ ਕਹਿ ਦਿੱਤਾ ਕਿ ਇਹਨਾਂ ਦੀਆਂ ਬੱਸਾਂ ਦੇ ਟਾਈਮ ਜਿਹੜੇ ਸੈੱਟ ਨੇ ਉਹ ਤੁਸੀਂ ਸੈੱਟ ਕਰ ਦਿਓ ਜੇ ਗਲਤ ਬਣੇ ਆ ਤੇ ਠੀਕ ਕਰਦੇ ਨੇ ਚਾਹੀਦੇ ਪਰ ਠੀਕ ਕਰਦਿਆਂ ਕੁਝ ਗਲਤ ਦੇ ਜਵਾਬ ਵਿੱਚ ਗਲਤ ਵੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਜੀ ਦੂਜਾ ਇਹਦੇ ਨਾਲ ਬਾਕੀ ਜਿਹੜੇ ਟਰਾਂਸਪੋਰਟ ਨੇ ਜਾਂ ਬਾਕੀ ਥਾਵਾਂ ਤੇ ਅਫਸਰ ਜਿਹੜੇ ਰੈਇਤਾਂ ਦਿੰਦੇ ਆ ਲਿਹਾਜੀ ਪੁਣਾ ਕਰਦੇ ਆ ਸਰਕਾਰੀ ਬੱਸ 2 ਮਿੰਟ ਤੇ ਪ੍ਰਾਈਵੇਟ ਬੱਸ 12 ਮਿੰਟ ਸਰਕਾਰੀ বাস ਖਾਲੀ ਪੀਪੇ ਵਾਂਗੂ ਖੜਕਦੀ ਜਾਂਦੀ ਐ ਤੇ ਜਿਹੜੀ ਪ੍ਰਾਈਵੇਟ বাস ਤੇ ਉਹਦੀ ਛੱਤ ਤੇ ਵੀ ਸਵਾਰੀਆਂ ਨੇ ਉਹਨਾਂ ਸਾਰਿਆਂ ਨੂੰ ਵੀ ਇਹ ਇਸ਼ਾਰਾ ਪਹੁੰਚ ਗਿਆ ਹੋਵੇਗਾ ਸਿੰਘ ਨੂੰ ਗਿਆ ਪਹੁੰਚ ਗਿਆ ਹੋਵੇਗਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਆ ਗਿਆ ਤੇ ਜੇ ਇਹਨੇ ਵੜਿੰਗ ਨੇ ਆ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਮੁੜ ਕੇ ਸਾਡੀ ਮਿੱਟੀ ਪਲੀਤ ਹੋ ਮੈਨੂੰ ਲੱਗਦਾ ਅੱਧੇ ਕਪਸਰਾ ਨੇ ਤਾਂ ਰਾਤ ਦਾ ਇਸ਼ਾਰਾ ਸਮਝਿਆਣਾ ਉਹਨਾਂ ਨੇ ਦੇਖਣਾ ਹੀ ਨਹੀਂ ਸਾਨੂੰ ਕੋਈ ਕਹਿੰਦਾ ਹੁਣ ਆਪੇ ਲੱਗ ਜਾਣਾ ਲੋਕਾਂ ਨੂੰ ਇਹਦੇ ਨਾਲ ਮਤਲਬ ਨਹੀਂ ਕਿ ਕੌਣ ਕੀ ਕਰਦਾ ਮਤਲਬ ਇਸ ਗੱਲ ਨਾਲ ਕਿ ਕਾਨੂੰਨ ਦੇ ਮੁਤਾਬਕ ਕੰਮ ਹੋਣਾ ਚਾਹੀਦਾ ਤੇ ਮੈਂ ਫਿਰ ਕਹਿੰਨਾ ਕਿ ਜੇਰਾ ਕਾਨੂੰਨ ਮੁਤਾਬਕ ਉਹ ਜਰੂਰ ਕਰਿਓ ਪਰ ਇਸ ਗੱਲ ਦਾ ਚੇਤਾ ਰੱਖਿਓ ਕਿ ਗਲਤ ਦੇ ਜਵਾਬ ਵਿੱਚ ਗਲਤ ਕਰੀਏ ਤੇ ਉਹ ਕੋ ਠੀਕ ਨਹੀਂ ਹੋ ਜਾਂਦਾ ਗਲਤ ਨਾ ਕਰਿਓ ਠੀਕ ਹੈ ਬੰਨ ਸਾਹਿਬ ਕਿਉਂਕਿ ਉਮੀਦਾਂ ਸਾਰਾ ਲੋਕਾਂ ਨੇ ਸਰਕਾਰ ਤੋਂ ਲਗਾਈਆਂ ਦੂਸਰੇ ਪਾਸੇ ਝੋਨੇ ਦੀ ਖਰੀਦ 11 ਅਕਤੂਬਰ ਤੋਂ ਸ਼ੁਰੂ ਹੋਣੀ ਹੈ ਇੱਕ ਤਾਂ ਇਨੀ ਲੇਟ ਕਿਉਂ ਕੰਮ ਹੋ ਰਿਹਾ ਦੂਸਰੇ ਪਾਸੇ ਜੂਪੀ ਤੋਂ ਫਿਰ ਟਰੈਕ ਹੋਣੇ ਸ਼ੁਰੂ ਹੋ ਗਏ ਆ ਫੜ ਵੀ ਲਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਦੇਖਦੇ ਆਂ ਇਦੇ ਚ ਪਹਿਲੀ ਗੱਲ ਚ ਕੇਂਦਰ ਸਰਕਾਰ ਕਸੂਰਵਾਰ ਹੈ ਜੀ ਉਹਨਾਂ ਨੇ ਜਾਣਬੁੱਝ ਕੇ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੰਗ ਕਰਨ ਵਾਸਤੇ ਖਰੀਦ ਲੇਟ ਕਰ ਦਿੱਤੀ ਜਿਹੜੀ ਨਹੀਂ ਕਰਨੀ ਚਾਹੀਦੀ ਹੁਣਾ ਮੜਮੜ ਕੇ ਬਦਲ ਘਿਰਕਰ ਆਉਂਦਾ ਕਿਸਾਨਾਂ ਦੇ ਕਾਲਜੇ ਕੰਬਦੇ ਪਏ ਤੇ ਕੇਂਦਰ ਸਰਕਾਰ ਤਰੀਕ ਲੇਟ ਕਰ ਰਹੀ ਹੈ ਇਹ ਚੋਨਾ ਰੋਲ ਨਾ ਜਾਊਗਾ ਇਹ ਜਿਹੜਾ ਕੰਮ ਕਰਦੀ ਪਈ ਹੈ ਸਰਕਾਰ ਗਲਤ ਕਰਦੀ ਹੈ ਕੇਂਦਰੀ ਸਰਕਾਰ ਕਰਦੀ ਹੈ ਦੂਜੀ ਗੱਲ ਤੁਹਾਂ ਆਖੀ ਹੈ ਕਿ ਝੋਨਾ ਆ ਰਿਹਾ ਬਾਹਰੋਂ ਇਹ ਪਿਛਲੀ ਵਾਰ ਵੀ ਆਇਆ ਸੀ ਜੀ ਇੱਥੇ 1880 ਦਾ ਰੇਟ ਸੀ ਯੂਪੀ ਵਿੱਚ 850 ਜਿਹੜੀ ਯੂਪੀ ਵਿੱਚ ਭਾਜਪਾ ਕਹਿੰਦੀ ਅਸੀਂ ਕਿਸਾਨਾਂ ਦੇ ਬਹੁਤ ਹਮਾਇਤੀ ਆ ਉੱਥੋਂ 850 ਨੂੰ ਖਰੀਦਦੇ ਸੀ ਇੱਥੇ ਲਿਆ ਕੇ ਹਰਿਆਣੇ 'ਚ ਗੁੱਲੇ ਚੀਕੇ ਲੱਗ ਗਏ ਇੱਕ ਲੀਡਰ ਦੇ ਸ਼ੈਲਰ ਦੇ ਉੱਤੇ ਗੱਡੀਆਂ ਬਦਲੀਆਂ ਜਾਂਦੀਆਂ ਸੀ ਨਵੀਆਂ ਗੱਡੀਆਂ ਚ ਪਾ ਕੇ ਪੰਜਾਬ ਭੇਜਿਆ ਜਾਂਦਾ ਸੀ ਉੱਥੋਂ 850 ਦਾ ਖਰੀਦਿਆ ਰਾਹ ਚੋਂ ਖਰਚਾ ਪਾ ਕੇ 200 ਰੁਪਿਆ ਹੋਰ ਪੈ ਜਾਂਦਾ ਹੋਊਗਾ 150 ਦਾ ਲਓ ਸੈਲਰਾਂ ਵਾਲਿਆਂ ਨੂੰ ਇੱਥੇ 500 ਨੂੰ ਵੇਚਦੇ ਸੀ ਜਿਹੜੇ 1500 ਨੂੰ ਵੇਚਦੇ ਸੀ ਤੇ ਇਹ 1500 ਨੂੰ ਖਰੀਦ ਕੇ ਸੈਲਰਾਂ ਵਾਲੇ ਐਵੇਂ ਸੰਤਾ ਸੋ ਬੰਤਾ ਸੋ ਤੇਜਾ ਸੋ ਗੁਰਮੇਸ ਸੋ ਇਹਨਾਂ ਦੇ ਨਾਵਾਂ ਦੇ ਉੱਤੇ ਕੋਨਨਸੋਂ ਦੇ ਨਾਂ ਤੇ ਪਾ ਕੇ ਨੇੜਲੀਆਂ ਮੰਡੀਆਂ ਚ ਵੇਚਦੇ ਸੀ ਜਿੰਨਾ ਝੋਨਾ ਪੰਜਾਬ ਦਾ ਹੋਇਆ ਸੀ ਉਹਦੇ ਉੱਤੇ 20% ਦੇ ਕਰੀਬ ਜਿਹੜਾ ਯੂਪੀ ਤੇ ਬਿਹਾਰ ਚੋਂ ਆ ਕੇ ਪੰਜਾਬ ਚ ਵਿਕਿਆ। ਔਰ ਪੰਜਾਬ ਦੇ ਖੇਡ ਖੁਰਾਕ ਮੰਤਰੀ ਨੇ ਪਿਛਲੇ ਸਾਲ ਇਸ ਮਾਮਲੇ ਚ ਵੇਲੇ ਸਿਰ ਦਖਲ ਨਹੀਂ ਸੀ ਦਿੱਤਾ। ਹੂੰ ਜੀ ਉਹਦੇ ਤੋਂ ਬਾਅਦ ਵੀ ਮੈਨੂੰ ਨਹੀਂ ਪਤਾ ਉਹਨੂੰ ਖੁਰਾਕ ਮੰਤਰੀ ਫੇਰ ਬਣਾ ਦਿੱਤਾ ਗਿਆ ਇਸ ਵਾਰੀ ਜੇ ਹੁਣ ਕੱਲ ਫੇਰ ਟਰੱਕ ਫੜੇ ਗਿਆ। ਲੋਕਾਂ ਨੇ ਫੜਦੇ ਆ। ਖੁਰਾਕ ਮੰਤਰੀ ਦਾ ਵਿਭਾਗ ਕੀ ਕਰਦਾ? ਕੱਲ ਕਪੂਰਥਲੇ ਚ ਇੱਕ ਸੈਲਰ ਚੋਂ 12000 ਬੋਰੀਆਂ ਉਹਨਾਂ ਚੋਲਾਂ ਦੀਆਂ ਫੜੀਆਂ ਗਈਆਂ ਜਿਹੜੀਆਂ ਵਿਦੇਸ਼ਾਂ ਤੋਂ ਉਹ ਦੂਸਰੇ ਦੂਸਰੇ ਰਾਜਾਂ ਤੋਂ ਲਿਆਦੇ ਗਏ ਇੱਥੇ ਸਾਰੇ ਪੰਜਾਬ 'ਚ ਅੱਡ-ਅੱਡ ਛਲਰਿਆਂ ਨੂੰ ਦਿੱਤੇ ਜਾਣੇ ਆ ਤੇ ਉਹ ਚੌਲ ਕਿਹੜੇ ਆ ਜਿਹੜੇ ਜਨਤਕ ਸਪਲਾਈ ਵਾਲੇ ਜਨਤਕ ਵੰਡ ਪ੍ਰਣਾਲੀ ਵਾਲੇ ਦੀਪੂਆਂ ਤੇ ਜਾਣ ਵਾਲੇ ਚੌਲ ਉੱਤੇ ਪੰਜਾਬ ਚਾਉਂਦੇ ਪਏ ਜੀ ਇੱਕ ਮੇਲੇ ਦੇ ਵਿੱਚ ਗਏ ਤੇ ਪਤਾ ਹੀ ਨਹੀਂ ਕਿੰਨੇ ਸੌ ਬੋਰੀਆਂ ਕਿੰਨੇ ਹਜ਼ਾਰ ਬੋਰੀਆਂ ਦੇ ਬਿੱਲ ਫੜੇ ਗਏ ਬੋਰੀਆਂ ਗੋਦਾਮ 'ਚ ਹੈ ਨਹੀਂ ਨਾ ਕਦੇ ਖਰੀਦੀਆਂ ਨਾ ਕੁਛ ਉਹ ਬਿੱਲ ਦੱਸਦੇ ਆ ਕਿ ਉਹ ਉਸ ਸ਼ੈਲਰ ਦੇ ਵਿੱਚ ਦੀ ਇਹ ਮਾਲ ਆ ਕੇ ਲੱਗਣ ਦੇ بجائے ਬਾਹਰ ਦਾ ਬਾਹਰ ਸਪਲਾਈ ਕੀਤਾ ਗਿਆ ਤੇ ਬਿੱਲਾਂ ਦੇ ਜਿਆਲੀ ਕੰਮ ਉਹ ਸਾਰਾ ਉਸ ਸ਼ੈਲਰ ਤੇ ਹੁੰਦਾ ਰਿਹਾ। ਕੱਲ ਇੱਕੋ ਦਿਨ ਕੋਟਕਪੂਰੇ ਦੇ ਵਿੱਚ ਵੀ ਛਾਪਾ ਵੱਜੇ ਇੰਨਾ ਕੁਝ ਫੜਿਆ ਜਾਵੇ। ਕਪੂਰਥਲੇ 'ਚ ਵੀ, ਰਾਮਪੁਰੇ ਫੂਲ 'ਚ ਵੀ ਇਹਦਾ ਮਤਲਬ ਕੀ ਆ? ਕਿ ਇੱਕ ਤੰਦੂਆ ਜਾਲ ਫੈਲਿਆ ਪਿਆ ਸਾਰੇ ਪੰਜਾਬ 'ਚ। ਕਿਸਾਨਾਂ ਦੇ ਨਾਂ ਤੇ ਕਮਾਈ ਕਰਨ ਵਾਲੇ, ਕਾਲੀ ਕਮਾਈ ਕਰਨ ਵਾਲੇ ਜਿਹੜੇ ਉਹ ਹਰਥਾਂ ਖਿਲਰੇ ਪਏ। ਉਹਨਾਂ ਦੇ ਉੱਤੇ ਸਖਤੀ ਹੋਣੀ ਚਾਹੀਦੀ ਆ ਮੈਨੂੰ ਸ਼ੱਕ ਹੈ ਕਿ ਹੁਣ ਵਾਲੇ ਖੁਰਾਕ ਮੰਤਰੀ ਨੇ ਸਖਤੀ ਨਹੀਂ ਕਰਨੀ ਜੇ ਸਖਤੀ ਕਰਨੀ ਹੁੰਦੀ ਤੇ ਫਿਰ ਪਿਛਲੇ ਸਾਲ ਜੋ ਚੋਣਾਂ ਦੇ ਸੀਜ਼ਨ ਚ ਹੋਇਆ ਉਹ ਨਹੀਂ ਸੀ ਹੋਣਾ ਜੀ ਜੋ ਬਾਅਦ ਚ ਜੰਦੇਆਲੇ ਗੁਰੂ ਦੇ ਕਣਕ ਸਕੈਂਡਲ ਚ ਹੋਇਆ ਉਹ ਨਹੀਂ ਸੀ ਹੋਣਾ ਹੁਣ ਜਾਂ ਤਾਂ ਇਸ ਖੁਰਾਕ ਮੰਤਰੀ ਨੂੰ ਕੁਝ ਕਰਕੇ ਵਿਖਾਉਣਾ ਪਊ ਤੇ ਜੇ ਅਜੇ ਵੀ ਕੱਲ ਮਲੇ ਟਰੱਕ ਫੜੇ ਜਾਣ ਤੋਂ ਬਾਅਦ ਵੀ ਇਸ ਮਾਮਲੇ ਚ ਕਮਜ਼ੋਰੀ ਰਹਿੰਦੀ ਆ ਤੇ ਫਿਰ ਇਹ ਜਿਹੜੀ ਖੇਡੂਗੀ ਕੀ ਕਾਂਗਰਸ ਪਾਰਟੀ ਨੂੰ ਉਹਦੀ ਸਰਕਾਰ ਨੂੰ ਉਹਦੇ ਮੰਤਰੀਆਂ ਨੂੰ ਸਾਰਿਆਂ ਨੂੰ ਭੁਗਤ ਨਹੀਂ ਪਊ ਉਹਦੇ ਨਾਲ ਦੇ ਬਾਕੀ ਮੰਤਰੀ ਵੀ ਉਹਨੂੰ ਇਹ ਕਹਿ ਦੇਣ ਕਿ ਅਸੀਂ ਪਿਛਲੇ ਸਾਲ ਦਾ ਲੋਕਾਂ ਨੂੰ ਜਵਾਬ ਦੇਣ ਦੇ ਆ ਹੁਣ ਮੌਕਾ ਸੰਭੋ ਹੁਣ ਸਭ ਉਹਦਾ ਇਹ ਗੱਲ ਆ ਕਿ ਜਦੋਂ ਚੂਹੇ ਨਾਜ ਖਰਾਬ ਕਰਦੇ ਨੇ ਦੇਸ਼ਿਆਂ ਦੇ ਆ ਬੰਦੇ ਇੰਨਾ ਕੁਝ ਢਕਾਰੀ ਜਾਂਦੇ ਆ ਪਤਾ ਨਹੀਂ ਲੱਗਦਾ ਤੁਸੀਂ ਕਹਿੰਦੇ ਆ ਕਿ ਕੁਝ ਕਰਕੇ ਦਿਖਾਉਣਾ ਪਊਗਾ ਤੇ ਫਿਰ ਸਰਕਾਰ ਨੂੰ ਵੀ ਕੁਝ ਕਰਕੇ ਦਿਖਾਉਣਾ ਹੀ ਪੈਣਾ ਕਿਉਂਕਿ ਅੱਗੇ ਲੋਕ ਵੀ ਪੁੱਛਦੇ ਪਏ ਆ ਅੱਜਕੱਲ ਹਾਂ ਕੁਝ ਕਰਨਾ ਪਊਗਾ ਜਿਨ੍ਹਾਂ ਦੇ ਉੱਤੇ ਬੜੀ ਆਸ ਹੈ ਜਿਨ੍ਹਾਂ ਨੇ ਲਾਈ ਕਿ ਹੁਣ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਬਣੀ ਲੋਕੇ ਸਮਝਿਆ ਕਿ ਉਹਦੀ ਸਰਕਾਰ ਬਣਨ ਦਾ ਮਤਲਬ ਹੈ ਕਿ ਗਰੀਬ ਗੁਰਬੇ ਦਾ ਭਲਾ ਕਰੇਗਾ ਤੇ ਜੇ ਗਰੀਬ ਗੁਰਬੇ ਦਾ ਭਲਾ ਕਰਨਾ ਤੇ ਜਿਹੜੇ ਪਤੰਦਰ ਵੱਡੇ ਪਾਪੀ ਨੇ ਉਹਨਾਂ ਦਾ ਰਾਹ ਰੋਕਣਾ ਪਊਗਾ ਉਹ ਰਾਹ ਰੋਕਣ ਲਈ ਜਿਉ ਉਹਨੂੰ ਆਪਣੇ ਮੰਤਰੀ ਸਾਥੀਆਂ ਤੇ ਵੀ ਸਖਤੀ ਕਰਨੀ ਪੈਂਦੀ ਆ ਤੇ ਕਰਨੀ ਚਾਹੀਦੀ ਆ ਕਿਉਂਕਿ ਲੋਕਾਂ ਦੀਆਂ ਆਸਾਂ ਇਸ ਮੁੱਖ ਮੰਤਰੀ ਤੇ ਹੈਗੀਆਂ ਨੇ ਔਰ ਜਿੰਨਾ ਕੈਪਟਨ ਅਮਰਿੰਦਰ ਸਿੰਘ ਦਿੱਲੀ ਤੱਕ ਜਾ ਕੇ ਰੌਲਾ ਪੈਂਦਾ ਪਾਉਂਦਾ ਪਿਆ ਜਿਉ ਉਸ ਰੌਲੇ ਨੂੰ ਕਾਊਂਟਰ ਕਰਨਾ ਤੋਸ ਰੋਲੇ ਦੇ ਬਾਵਜੂਦ ਸਰਕਾਰ ਚਲਾ ਕੇ ਲੋਕਾਂ ਨੂੰ ਵਿਖਾਉਣਾ ਕਿ ਸਰਕਾਰ ਐਦਾਂ ਚੱਲਦੀ ਹੈ ਜੀ ਫਿਰ ਨਵੇਂ ਮੁੱਖ ਮੰਤਰੀ ਨੂੰ ਆਪਣੀ ਤਾਕਤ ਆਪਣੀ ਹਸિયਤ ਵਿਖਾਉਣੀ ਚਾਹੀਦੀ ਹੈ ਔਰ ਮੇਰਾ ਖਿਆਲ ਹੈ ਕਿ ਵਿਖਾਵੇਗਾ ਵੀ ਲੋਕੀ ਆਸ ਜ਼ਰੂਰ ਰੱਖਦੇ ਪੰਥ ਸਾਹਿਬ ਕਿਸਾਨਾਂ ਨੂੰ ਵਿਰੋਧ ਕਰਦਿਆਂ ਨੂੰ ਸਾਲ ਦਾ ਸਮਾਂ ਹੋ ਗਿਆ ਜਿਹੜੇ ਪੰਜਾਬ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਸੀਗੇ ਤੇ ਕਿਵੇਂ ਦੇਖਦੇ ਆ ਕਿਉਂਕਿ ਦੂਸਰੇ ਪਾਸੇ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਹਾਈਵੇ ਬੰਦ ਨਹੀਂ ਹੋਣਾ ਚਾਹੀਦਾ ਇੱਧਰ ਕਿਸਾਨ ਬੈਠੇ ਆ पिछले साल ऐसे साल दी 12 जनवरी दा दिन याद करो सुप्रीम कोर्ट ने अचानक चार जना दी एक कमेटी बनाती कि ਕਿਸਾਨਾਂ ਦਾ ਇਹ ਮਸਲਾ ਜਿਹੜਾ ਤਿੰਨ ਬਿੱਲਾਂ ਵਾਲਾ ਇਹ ਹੱਲ ਕਰੇਗੀ ਤਿੰਨ ਕਾਨੂੰਨਾਂ ਵਾਲਾ ਕਿਸਾਨਾਂ ਨੇ ਉਸਦੇ ਵਾਲੇ ਕਹਿਤਾ ਸੀ ਅਸੀਂ ਇਸ ਕਮੇਟੀ ਨੂੰ ਬਿਲਕੁਲ ਕੋਆਪਰੇਟ ਨਹੀਂ ਕਰਨਾ ਅਸੀਂ ਇਹਦੇ ਕੋਲ ਜਾ ਕੇ ਪੇਸ਼ ਹੀ ਨਹੀਂ ਹੋਣਾ ਕਿਉਂਕਿ ਇਹ ਚ ਬੰਦੇ ਉਹ ਪਾਏ ਗਏ ਜਿਹੜੇ ਸਰਕਾਰ ਪੱਖੀ ਨੇ ਸਰਕਾਰ ਦੇ ਭਗਤ ਨੇ ਜੀ ਇੱਕ ਸਾਡੇ ਪੰਜਾਬ ਦਾ ਸੀ ਉਹਤੇ ਰੋਲਾ ਪੈਂਦਾ ਵੇਖ ਕੇ ਸ਼ਾਮ ਤੋਂ ਪਹਿਲਾਂ ਲਿਖ ਕੇ ਦੇ ਗਿਆ ਕਹਿੰਦਾ ਜੀ ਮੈਂ ਨਹੀਂ ਇੱਥੇ ਪੈਂਦਾ ਦੂਜੇ ਤਣਾੜੀ ਰਿਪੋਰਟ ਦਿੱਤੀ ਆਉਗੀ ਸਾਨੂੰ ਪਤਾ ਹੀ ਆ ਕਿਉਂਕਿ ਉਹ ਪਹਿਲਾਂ ਹੀ ਅਖਬਾਰਾਂ 'ਚ ਲਿਖ ਕੇ ਇਹਨਾਂ ਬਿੱਲਾਂ ਦੀ ਹਮਾਇਤ ਕਰ ਚੁੱਕੇ ਸਾਨੂੰ ਪਤਾ ਫਿਰ ਉਹਦੇ ਤੋਂ ਬਾਅਦ ਬੜੀ ਵੱਰ ਗੱਲ ਚੱਲੀ ਕਿਸਾਨਾਂ ਨੂੰ ਆਖਿਆ ਗਿਆ ਅਦਾਲਤ 'ਚ ਜਾਓ ਉਹ ਕਹਿੰਦੇ ਜੀ ਅਸੀਂ ਨਹੀਂ ਜਾਣਾ ਅਦਾਲਤ 'ਚ ਸਾਡੀ ਲੜਾਈ ਡੈਮੋਕਰੈਟਿਕ ਢੰਗ ਦੀ ਆ ਲੋਕਤੰਤਰ ਆ ਲੋਕਤੰਤਰ 'ਚ ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਅੱਗੇ ਪ੍ਰਤੀਨਿਧਾਗ ਲੋਕਾਂ ਨੂੰ ਆਪਣਾ ਰੋਜ਼ ਕਰਨ ਦਾ ਆਪਣੀ ਲੜਾਈ ਲੜਨ ਦਾ ਲੋਕਤੰਤਰੀ ਢੰਗ ਨਾਲ ਚੱਲਣ ਦਾ ਹੱਕ ਆ ਤੇ ਅਸੀਂ ਲੋਕਤੰਤਰੀ ਢੰਗ ਨਾਲ ਧਰਨਾ ਦਿੱਤਾ ਸਰਕਾਰ ਸਾਡੇ ਕੋਲ ਆਵੇ ਜਾਂ ਸਾਨੂੰ ਸਾਥ ਲੈ ਅਸੀਂ ਗੱਲ ਕਰਨ ਨੂੰ ਤਿਆਰ ਹਾਂ 12 13 ਮੀਟਿੰਗਾਂ ਹੋਈਆਂ ਨੇ ਅਖੀਰਲੀ ਮੀਟਿੰਗ 22 ਜਨਵਰੀ ਦੀ ਸੀ ਉਹਨਾਂ ਆਖਿਆ ਜੇ ਸਰਕਾਰ ਕਰਦੀ ਕਰੇ ਨਹੀਂ ਕਰਦੀ ਨਾ ਕਰੇ ਅਸੀਂ ਅਦਾਲਤਾਂ ਦੇ ਚੱਕਰ ਵਿੱਚ ਨਹੀਂ ਪੈਣਾ ਉਦੋਂ ਹੀ ਇੱਕ ਜਥੇਬੰਦੀ ਉੱਥੇ ਜਾਵੜੀ ਸੀ ਅਸੀਂ ਆਏ ਜੀ ਕਿਸਾਨਾਂ ਵੱਲੋਂ ਫਿਰ ਕੀ ਹੋਇਆ ਕਿਸਾਨਾਂ ਨੇ ਕਹਿਤਾ ਜੀ ਇਹ ਜਥੇਬੰਦੀ ਸੰਘਰਸ਼ ਵਿੱਚ ਹੀ ਨੇ ਬਹੁਤ ਇਸ ਗੱਲ ਦਾ ਪ੍ਰਚਾਰ ਹੋਇਆ ਅਦਾਲਤ 'ਤੇ ਜਾ ਕੇ ਆਖਿਆ ਗਿਆ ਕਿਸਾਨਾਂ ਨੇ ਰਸਤਾ ਰੋਕਿਆ ਅਕੱਲ ਵੀ ਤੇ ਉਹ ਗੱਲ ਹੋਈ ਹੈ ਜੀ ਇਹ ਅਰਜੀ ਫਿਰ ਚੱਲੇਗੀ ਹੈ ਨੋਇਡਾ ਤੋਂ ਕਿਸੇ ਨੇ ਅਰਜੀ ਦੇ ਦਿੱਤੀ ਅਸੀਂ ਦਿੱਲੀ ਜਾਣਾ ਹੋਵੇ ਉਦਾਂ ਅਸੀਂ 20 ਮਿੰਟਾ ਚੱਲ ਜਾਂਦੇ ਹਾਂ ਹੁਣ ਸਾਨੂੰ 30 ਕਿਲੋਮੀਟਰ ਦਾ ਪੈਂਡਾ ਕਰਨਾ ਪੈਂਦਾ 2 ਘੰਟੇ ਸਾਨੂੰ ਲੱਗ ਜਾਂਦੇ ਨੇ ਸਾਡਾ ਰਸਤਾ ਖੋਲ੍ਹਿਆ ਜਾਵੇ ਮਾਨਯੋਗ ਜੱਜ ਸਾਹਿਬਾਨ ਨੇ ਕਹਿਤਾ ਕਿ ਦਿੱਲੀ ਸ਼ਹਿਰ ਦਾ ਗਲਾ ਨਹੀਂ ਘੁੱਟਿਆ ਜਾ ਸਕਦਾ ਸੰਘੀ ਨਹੀਂ ਘੁੱਟੀ ਜਾ ਸਕਦੀ ਰਸਤੇ ਖੁੱਲਨੇ ਚਾਹੀਦੇ ਔਰ ਸਾਰਾ ਗੁੱਸਾ ਜਿਹੜਾ ਉਹ ਇਸ ਤਰ੍ਹਾਂ ਜਾਵਦਾ ਸਮਾਜ ਦਾ ਵੀ ਸਰਕਾਰ ਦਾ ਵੀ ਅਦਾਲਤ ਦਾ ਵੀ ਕਿਸਾਨਾਂ ਦਾ ਨਿਕਲ ਰਿਆ ਪਰ ਕਿਸਾਨਾਂ ਦਾ ਪੱਖ ਤਾਂ ਸੁਣੋ ਉਹ ਕਹਿੰਦੇ ਅਸੀਂ ਰਸਤੇ ਰੋਕੇ ਕਦੋਂ ਆ ਕੀ ਅੰਨਾ ਹਜ਼ਾਰੇ ਦੇ ਵਕਤ ਹਜ਼ਾਰਾਂ ਦੀ ਗਿਣਤੀ ਚ ਲੋਕ ਜਾ ਕੇ ਉੱਥੇ ਜੰਤਰਮੰਤਰ ਚ ਨਹੀਂ ਬੈਠੇ ਔਰ ਜਿੱਥੋਂ ਸਲਵਾਰ ਕਮੀਜ਼ ਪਾ ਕੇ ਨਿਕਲਿਆ ਸੀ RAMDEV ਉੱਥੇ RAMLILA ਮੈਦਾਨ ਚ ਕਿੰਨੇ ਹਜ਼ਾਰਾਂ ਲੋਕ ਬੈਠੇ ਸਨ ਜੀ ਇੰਨੇ ਬੈਠੇ ਸਨ ਕਿਸਾਨ ਕਹਿੰਦੇ ਅਸੀਂ ਸਿਰਫ 2 ਦਿਨ ਦਾ ਪ੍ਰੋਟੈਸਟ 25 ਤੇ 26 ਨਵੰਬਰ ਵਾਸਤੇ ਦਿੱਲੀ ਗਏ ਸਨ ਅਗੋ ਕੇਂਦਰ ਸਰਕਾਰ ਨੇ ਦਿੱਲੀ ਦੇ ਬਾਰਡਰ ਬੰਦ ਕਰ ਦਿੱਤੇ ਜਿਹੜੇ ਹਾਈਵੇ ਬਹੁਤ ਮਹਿੰਗਾ ਪੈਸਾ ਖਰਚ ਕਰਕੇ ਬਣਾਏ ਸੀ ਕਰੇਨਾ ਲਿਆ ਕੇ ਉਹਨਾਂ ਚੇੜੀਆਂ ਡੇਆ ਡਰੇਨਾ ਪੁੱਟ ਦਿੱਤੀਆਂ ਸੜਕਾਂ ਪੁੱਟ ਦਿੱਤੀਆਂ ਉਥੋਂ ਸਾਰੀਆਂ ਹੀ ਜਿਵੇਂ ਪਾਕਿਸਤਾਨ ਦੇ ਚੜੇ ਆਉਂਦੇ ਟੈਂਕ ਰੋਕਣੇ ਹੁੰਦੇ ਉਹ ਕਿਹਦੇ ਰਸਤਾ ਤੇ ਦਿੱਲੀ ਦੇ ਉਹਨਾਂ ਨੇ ਰੋਕਿਆ ਸੀ ਰੋਕਿਆ ਹੀ ਨਹੀਂ ਸਰਕਾਰ ਨੂੰ ਕਹੋ ਅੱਜ ਰਸਤਾ ਖੋਲ ਦੇ ਅਸੀਂ ਜਾਂਦੇ ਹਾਂ ਸਰਕਾਰ ਦੇ ਸਾਹਮਣੇ ਜਾ ਕੇ ਜੰਤਰ ਮੰਤਰ ਤੇ ਬੈਠਦੇ ਰਸਤੇ ਤੇ ਉਹਨਾਂ ਨੇ ਰੋਕਿਆ ਸੀ ਰੁਕੇ ਕੋਈ ਨਹੀਂ ਜੀ ਅਸੀਂ ਬਿਲਕੁਲ ਰਸਤਾ ਨਹੀਂ ਰੋਕਿਆ ਜਿਹੜੀ ਸਰਕਾਰ ਨੇ ਰੋਕਿਆ ਉਹਨੂੰ ਆਖੋ ਪਰ ਹੁਣ ਇੱਕ ਜਥੇਬੰਦੀ ਅੱਗੇ ਇੱਕ ਜਥੇਬੰਦੀ ਜਿੱਦਣਾ ਪਿਛਲੇ ਮਹੀਨੇ ਭਾਰਤ ਬੰਦ ਹੋਇਆ ਪਿਛਲੇ ਹਫਤੇ ਹੀ ਤੇ ਸਤਾਇਤਿਕ ਨੂੰ ਉਸ ਭਾਰਤ ਬੰਦ ਵਾਲੇ ਦਿਨ ਇੱਕ ਜਥੇਬੰਦੀ ਆਪਣੇ ਆਪ ਨੂੰ ਕਿਸਾਨ ਯੂਨੀਅਨ ਉਹ ਵੀ ਕਹਿੰਦਾ ਭਾਰਤੀ ਕਿਸਾਨ ਯੂਨੀਅਨ ਕਹਿੰਦਾ ਭਾਨੂੰ ਉਹਨੇ ਆਖਿਆ ਕਹਿੰਦਾ ਜਿਹੜੇ ਬੰਦ ਕਰਾਉਣ ਦੇ ਇਹ ਕੋਈ ਕਿਸਾਨ ਨਹੀਂ ਤੇ ਅਤਵਾਦੀ ਨਹੀਂ ਜੀ ਇਹ ਸਾਰੇ ਨਰਿੰਦਰ ਮੋਦੀ ਦੀ ਟੀਮ ਵਾਲੀ ਬੋਲੀ ਹੈ ਹੂੰ ਅੱਜ ਹੁਣ ਇੱਕ ਉੱਥੋਂ ਰਾਜਸਥਾਨ ਚੋਂ ਉੱਠਿਆ ਉਹਨੇ ਜਥੇਬੰਦੀ ਬਣਾ ਲਈ ਕਿਸਾਨ ਮਹਾਪੰਚਾਇਤ ਕਿਸਾਨਾਂ ਵੱਲੋਂ ਉਹ ਬੰਦਾ ਜਾ ਕੇ ਕਿਸਾਨ ਮਹਾਪੰਚਾਇਤ ਬਣ ਕੇ ਤੇ ਇਹ ਕਹਿ ਰਿਹਾ ਹਾਂਜੀ ਸਰ ਤੂੰ ਗਲਤੀ ਹੋ ਗਈ ਜੀ ਉਹ ਜਿਹੜੇ ਧਰਨੇ ਲੱਗੇ ਕਿਸਾਨਾਂ ਦੇ ਅਸੀਂ ਸਾਨੂੰ ਨਹੀਂ ਲਾਉਣੇ ਚਾਹੀਦੇ ਤੂੰ ਹੈ ਕੌਣਾ ਕੈਨੇਡਾ ਤੂੰ ਤਾਂ ਉਸ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੀ ਨਹੀਂ ਜਿਹੜਾ ਬੰਦਾ ਸ਼ਾਮਲ ਹੀ ਨਹੀਂ ਉਹ ਅਸਲ ਵਿੱਚ ਉੱਥੇ ਡੰਮੀ ਖੜਾ ਕਰਕੇ ਉਹਦੇ ਰਾਹੀਂ ਕਿਸਾਨਾਂ ਦੇ ਖਿਲਾਫ ਇੱਕ ਆਰਡਰ ਪਾਸ ਕਰਾਉਣ ਦਾ ਯਤਨ ਕੀਤਾ ਜਾ ਰਿਹਾ ਅਦਾਲਤ ਨੂੰ ਧੋਖਾ ਦੇਣ ਦਾ ਯਤਨ ਕੀਤਾ ਜਾ ਰਿਹਾ ਅਦਾਲਤ ਵਿੱਚ ਇਹ ਗੱਲ ਬਿਲਕੁਲ ਨਹੀਂ ਦੱਸੀ ਜਾ ਰਹੀ ਕਿ ਸੰਘਰਸ਼ ਕਰਨ ਵਾਲੇ ਹੋਰ ਆ ਇਸ ਸੰਘਰਸ਼ ਦੇ ਨਾਂ ਦੇ ਉੱਤੇ ਸਾਬੋਤਾਜ ਕਰਨ ਵਾਸਤੇ ਇੱਥੇ ਆ ਕੇ ਅਦਾਲਤਾਂ 'ਚ ਕਿਸਾਨ ਲੀਡਰ ਬਣਨ ਵਾਲੇ ਹੋ ਰਿਹਾ ਜਦ ਤੱਕ ਇਹ ਨਹੀਂ ਪਛਾਣ ਹੁੰਦੀ ਉਹਨਾਂ 'ਚ ਅਦਾਲਤ ਨੂੰ ਕੌਣ ਜਾ ਕੇ ਦੱਸੇਗਾ ਕਿਸਾਨ ਲੀਡਰਸ਼ਿਪ ਕਹਿੰਦੀ ਹੈ ਜੀ ਅਸੀਂ ਉੱਥੇ ਜਾਣਾ ਨਹੀਂ ਜਿਹੜਾ ਤਸ਼ੱਦਦ ਕਰਨਾ ਇੱਥੇ ਕਰ ਲਓ ਅਸੀਂ ਲੋਕਤੰਤਰੀ ਢੰਗ ਨਾਲ ਲੋਕਤੰਤਰੀ ਸਰਕਾਰ ਲੋਕਾਂ ਦੇ ਚੁਣੇ ਨੁਮਾਇੰਦਿਆਂ ਨਾਲ ਲੜਨ ਵਾਸਤੇ ਆਏ ਹਾਂ ਅਸੀਂ ਕਾਨੂੰਨ ਨਾਲ ਲੜਨ ਵਾਸਤੇ ਆਏ ਨਹੀਂ ਇਹ ਸਾਡਾ ਕੰਮ ਨਹੀਂ ਅਸੀਂ ਉੱਥੇ ਜਾਣਾ ਨਹੀਂ ਪੰਸਾਬ ਸਰਕਾਰੀ ਜਾਇਦਾਦਾਂ ਦਾ ਵੇਚਣ ਦੀ ਕਈਆਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਈ ਲਿਸਟਾਂ ਤਿਆਰ ਪਈਆਂ ਏਅਰ ਇੰਡੀਆ ਦਾ ਰੌਲਾ ਫਿਰ ਪੈ ਗਿਆ ਹੁਣ ਕਹਿੰਦੇ ਵੇਚੀ ਐ ਕਿੰਨਾ ਸੱਚ ਐ ਏਅਰ ਇੰਡੀਆ ਕਿਸੇ ਵਕਤ ਜਿਹੜਾ ਹੁਣ ਵਾਲਾ ਟਾਟਾ ਰਤਨ ਟਾਟਾ ਇਹਦੇ ਦਾਦਾ ਜੀ ਨੇ ਸ਼ਾਇਦ ਖਰੀਦੀ ਕੀਤੀ ਸੀ ਜੀ ਇਹ ਪਹਿਲੀ ਏਅਰਲਾਈਨ ਸੀ ਭਾਰਤ ਦੀ ਕੁਝ ਸਮੇਂ ਬਾਅਦ ਦੂਜੀ ਸੰਸਾਰ ਜੰਗ ਵੇਲੇ ਅੰਗਰੇਜ਼ਾਂ ਦੀ ਸਰਕਾਰ ਸੀ ਉਹਨਾਂ ਨੇ ਇਹਦਾ ਕੰਟਰੋਲ ਆਪਣੇ ਹੱਥ ਲੈ ਲਿਆ ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਸੰਭਾਲੀ ਫਿਰ ਇਹ ਤੋਂ ਛੋਟੀਆਂ-ਮੋਟੀਆਂ ਕਈ ਏਅਰਲਾਈਨਾਂ ਇੰਡੀਅਨ ਏਅਰਲਾਈਨਸ ਵੀ ਕੱਢੀ ਜਿਹੜੀ ਦੇਸ਼ ਦੇ ਅੰਦਰ ਫਲਾਈਟਾਂ ਦਿੰਦੀ ਸੀ ਏਅਰ ਇੰਡੀਆ ਇੰਟਰਨੈਸ਼ਨਲ ਲੈਵਲ ਤੇ ਦਿੰਦੀ ਸੀ ਪਰ ਉਹ ਚੱਲ ਨਾ ਸਕੀ ਇਸ ਚ ਸ਼ਾਮਲ ਕਰਤੇ 2006 ਤੱਕ ਏਅਰ ਇੰਡੀਆ ਮੁਨਾਫੇ ਸੀ ਜਦੋਂ ਪ੍ਰਾਈਵੇਟ ਏਅਰਲਾਈਨਾਂ ਆ ਗਈਆਂ ਜੋ ਸਾਡੇ ਰੂਟ ਵਿੱਚ ਆ ਕਿ ਮੁਨਾਫੇ ਵਾਲੇ ਰੂਟ ਪ੍ਰਾਈਵੇਟ ਨੂੰ ਦੇ ਦਿਓ ਉਹਨਾਂ ਨੂੰ ਅੱਗੇ ਲਾ ਦਿਓ ਤੇ ਆਪਾਂ ਉਹਦੇ ਪਿੱਛੇ ਪਿੱਛੇ ਜਾਵਾਂਗੇ ਖਾਲੀ ਪੀਪੇ ਖੜਕਦੇ ਜੀ ਉਹੀ ਉੱਥੇ ਹੋਇਆ ਜਿੰਨੇ ਮੁਨਾਫੇ ਵਾਲੇ ਰੂਟ ਸੀ ਉਹ ਪ੍ਰਾਈਵੇਟ ਏਅਰਲਾਈਨਾਂ ਨੂੰ ਦੇ ਦਿੱਤੇ ਘਾਟੇ ਵਾਲੇ ਏਅਰ ਇੰਡੀਆ ਨੂੰ ਦੇ ਦਿੱਤੇ ਣਾੜਿਆ ਕਿ 에어 ইন্ডিয়া ਨੇ ਆਪਣਾ ਸਟਾਫ ਵੀ ਪਾਰਲੀਮੈਂਟ ਮੈਂਬਰਾਂ ਤੇ ਮੰਤਰੀਆਂ ਦੀ ਸੇਵਾ ਚ ਰੋਣਾ ਮੰਤਰੀ 에어 ইন্ডিয়া ਦੇ ਜਹਾਜ਼ਾਂ ਨੂੰ ਕਿਰਾਏ ਦੇ 3 ਵੀਲਰ ਵਾਂਗ ਵਰਤਣ ਲੱਗ ਪਏ ਚਾ ਲੋ ਆਪਸੀ ਹੌਸ ਗਲੀ ਚ ਲੈ ਜਾ ਉਸ ਗਲੀ ਚ ਇੱਕ ਮੰਤਰੀ ਦੀ ਕੁੜੀ ਬੰਬੇ ਨੂੰ ਜਾਂਦਾ ਉਡਦਾ ਜਹਾਜ਼ ਆਰਡਰ ਦੇ ਕੇ ਉਡਾ ਕੇ ਰਾਹ ਤੋਂ ਮੋੜ ਕੇ ਚੰਡੀਗੜ੍ਹ ਲੈ ਆਈ ਸੀ ਇੱਥੋਂ ਕ੍ਰਿਕਟ ਟੀਮ ਨੂੰ ਚੁੱਕ ਕੇ ਕੋਲਕੱਤਾ ਛੱਡ ਕੇ ਤੇ ਫਿਰ ਬੰਬੇ ਗਈ ਸੀ ਜਿਹੜੇ ਮਸਾਫਰ ਬੰਬੇ ਜਾਣ ਵਾਲੇ ਸੀ ਉਹਨਾਂ ਦਾ 2.5 ਘੰਟਿਆਂ ਦਾ ਰਸਤਾ ਸੀ 11 ਘੰਟਿਆਂ ਬਾਅਦ ਪਹੁੰਚੇ ਸੀ ਏਅਰ ਇੰਡੀਆ ਪਰਟਾ ਦੇ ਬਿਠਾਇਆ ਸਿਆਸਤਦਾਨਾਂ ਨੇ ਇੱਕ ਸਿਆਸੀ ਲੀਡਰ ਨੇ ਐਮਪੀ ਨੇ ਏਅਰ ਇੰਡੀਆ ਦੇ ਮੈਨੇਜਰ ਨੂੰ ਕੁੱਟਿਆ ਸੀ ਔਰ ਬਾਹਰ ਆ ਕੇ ਪ੍ਰੈਸ ਦੇ ਸਾਹਮਣੇ ਕਹਿੰਦਾ ਸੀ ਮੈਨੇ ਗਿਨ-ਗਿਨ ਕਰ ਉਸਕੋ 25 ਜੂਤੇ ਲਗਾਏ ਪਰਟਾ ਤੁਸੀਂ ਬਿਠਾਇਆ ਹੁਣ ਵੇਚਣ ਲੱਗੇ ਦੋ ਵੱਡੀਆਂ ਕੰਪਨੀਆਂ ਚ ਹੋੜ ਮੱਚੀ ਸੀ ਟਾਟਾ ਕੰਪਨੀ ਤੇ ਸਪਾਈਸ ਜੱਟ ਉਹ ਚੋਂ ਸਵੇਰੇ ਪਤਾ ਲੱਗਾ ਕਿ ਟਾਟਾ ਦੀ ਬੋਲੀ ਵੱਧਿਆ ਤੇ ਉਹ ਲੈ ਚੱਲਿਆ ਹੁਣ ਬਾਅਦ ਚ ਸਰਕਾਰ ਨੇ ਆਖਿਆ ਜੇ ਫਾਈਨਲ ਫੈਸਲਾ ਨਹੀਂ ਹੋਇਆ ਫਾਈਨਲ ਦਿ ਹੋਇਆ ਫੈਸਲਾ ਤਾਂ ਲਗਭਗ ਹੋ ਗਿਆ ਜਦ ਨਹੀਂ ਭਲਕੇ ਸੀ ਜੇ ਟਾਟਾ ਕੋਲ ਚਲ ਜਾਵੇ ਲੋਕ ਫਿਰ ਵੀ ਕਹਿਣਗੇ ਚਲੋ ਅਡਾਨੀ ਕੋਰਥਾ ਨਹੀਂ ਚਲਾ ਗਿਆ ਜੇ ਅਡਾਨੀ ਕੋਲ ਜਾਵੇ ਉਹਦਾ ਮਤਲਬ ਨਾ ਅਡਾਨੀ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਉੱਥੇ ਮੋਦੀ ਸਾਹਿਬ ਦਾ ਨਾਂ ਚੱਲਦਾ ਉਹਦੇ ਨਾਲ ਜੇ ਟਾਟੇ ਕੋਲ ਚਲ ਜਾਵੇ ਟਾਟਿਆਂ ਨੇ ਸ਼ੁਰੂ ਕੀਤੀ ਸੀ ਹੋ ਸਕਦਾ ਪੁਰਾਣੀ ਰਵਾਇਤ ਬਹਾਲ ਕਰਕੇ ਉਹਨੂੰ ਚਲਾ ਵੀ ਲੈਣ ਪਰ ਉਹ ਜਿਹੜੇ ਜਿਨ੍ਹਾਂ ਦਾ ਮਿੱਤਰਾਂ ਦਾ ਨਾਂ ਚੱਲਦਾ ਹੁਣਾਂ ਤੋਂ ਵਿਚਾਲਣੇ ਚਾਹੀਦੇ ਆ ਹੁਣ ਸਾਬ ਉਹਦਾ ਵੀ ਕਈ ਕੁਝ ਵਿਕਦਾ ਰੇਲ ਬੇਲ ਸੇਲ ਦੇਹਦੇ ਕੀ ਕੀ ਸੇਲ ਹੁੰਦੇ ਪਰ ਬਹੁਤ ਬਹੁਤ ਧੰਨਵਾਦ ਤੁਸੀਂ ਖਬਰਾਂ ਦੇ ਚਰਚਾ ਕੀ ਸੋ ਉਮੀਦ ਕਰਦੇ ਆ ਤੁਹਾਨੂੰ ਇਹ ਪ੍ਰੋਗਰਾਮ ਜੁੜ ਪਸੰਦ ਆਇਆ ਹੋਣਾ ਹੁਣ ਮੈਨੂੰ ਨਵਜੀਤ ਨੂੰ ਦੇਉ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਰੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ